ਸਤਿ ਸ਼੍ਰੀ ਅਕਾਲ ਜੀ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਬਹੁਤ ਹੀ ਸੋਹਣੀ ਡਰੈਸ ਨੂੰ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ। ਤੁਸੀਂ ਜ਼ਰੂਰ ਸਾਰੀ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਕਰਿਓ ਅਤੇ ਵੀਡੀਓ ਨੂੰ ਜ਼ਰੂਰ ਦੇਖਿਓ। ਅਤੇ ਬਹੁਤ ਸੋਹਣਾ ਸੂਟ ਹੈ, ਡਰੈਸ ਹੈ, ਬਹੁਤ ਸੋਹਣੀ ਕਲੀਆਂ ਵਾਲਾ ਪਲਾਜੋ ਹੈ। ਦੇਖੋ ਮੈਂ ਤੁਹਾਨੂੰ ਦਿਖਾਉਣੀ ਹਾਂ, ਇਹ ਸਾਰੀਆਂ ਕਲੀਆਂ ਨੇ ਜਿਹੜੀਆਂ ਕਿ ਆਪਣੇ ਕੱਟ ਕੇ ਬਣਾਈਆਂ ਨੇ। ਇਹ ਕਲੀਆਂ ਵਾਲਾ ਕਾਫ਼ੀ ਲੂਜ਼ ਖੁੱਲ੍ਹਾ ਪਲਾਜੋ ਹੈ। ਇਹ ਦੇਖੋ ਜਿਹੜੀਆਂ ਕਿ ਕਲੀਆਂ ਉੱਪਰੋਂ ਜਾ ਰਹੀਆਂ ਨੇ, ਇਹ ਕਲੀਆਂ ਨੂੰ ਅਸੀਂ ਨੇ ਜੁਆਇੰਟ ਕਰਕੇ ਇਹਨੂੰ ਬਣਾਇਆ ਹੈਗਾ। ਇਹ ਪਲਾਜੋ ਹੋ ਗਿਆ ਜੀ ਕਲੀਆਂ ਵਾਲਾ, ਜਿਹੜਾ ਕਿ ਕਾਫ਼ੀ ਜ਼ਿਆਦਾ ਖੁੱਲ੍ਹਾ ਬਣਿਆ ਹੋਇਆ ਹੈਗਾ। ਇਹਦੀਆਂ ਇੰਨੇ ਇੰਨੇ ਖੁੱਲ੍ਹੀਆਂ ਫਲੇਅਰ ਨੇ ਅਤੇ ਨੀਚੇ ਅਸੀਂ ਇਹਨੂੰ ਮਰਜ਼ੀ ਲਗਾ ਕੇ ਫਿਨਿਸ਼ ਕੀਤਾ। ਐਂਡ ਇਹ ਦੇਖੋ ਇਹ ਪੱਟੀ ਲੱਗੀ ਹੋਈ ਹੈ ਨੀਚੇ ਸਾਰੀ, ਅਤੇ ਮਗਜ਼ੀ ਲੱਗੀ ਹੋਈ ਆ। ਇਹਨੂੰ ਆਪਾਂ ਨੇ ਪੇਸਟਿੰਗ ਵਿੱਚ ਪਾ ਕੇ ਫਿਰ ਫੋਲਡ ਕੀਤਾ ਗਾ ਤਾਂ ਕਿ ਵੀ ਨੀਚੋਂ ਖਰਾਬ ਨਾ ਹੋਵੇ। ਤਾਂ ਬਹੁਤ ਹੀ ਫਿਨਿਸ਼ਿੰਗ ਨਾਲ ਇਹ ਜਿਹੜਾ ਸਟਿਚਿੰਗ ਹੈ ਇਹਦੀ ਹੋਈ ਹੋਈ ਆ। ਐਂਡ ਇਹਦਾ ਦੁਪੱਟਾ ਮੈਂ ਤੁਹਾਨੂੰ ਦਿਖਾਉਣੀ ਆ, ਦੁਪੱਟਾ ਵੀ ਬਹੁਤ ਹੀ ਪਿਆਰਾ ਬਣਿਆ ਹੋਇਆ। ਦੁਪੱਟੇ ਦੀ ਲੁੱਕ ਤੁਸੀਂ ਵੇਖ ਸਕਦੇ ਹੋ, ਪ੍ਰੋਪਰ ਜਿਹੜਾ ਕਿ ਦੁਪੱਟਾ, ਦੁਪੱਟੇ ਦਾ ਵਰਕ ਹੈ ਦੇਖੋ, ਸਾਰਾ ਹੈਂਡ ਵਰਕ ਆ ਟੋਟਲੀ। ਇਹਦੇ ਉੱਪਰ ਜਿਹੜਾ ਸਾਰਾ ਵਰਕ ਹੋਇਆ ਹੋਇਆ ਦੇਖੋ ਤੁਸੀਂ, ਉਹ ਸਾਰਾ ਬਹੁਤ ਹੀ ਪਿਆਰੇ ਤਰੀਕੇ ਨਾਲ ਹੋਇਆ ਹੋਇਆ। ਅਤੇ ਇਹਦੀ ਮੂਹਰੇ ਜਿਹੜੀ ਆਪਣੇ ਲੇਸ ਲਾਈ ਹੋਈ ਆ ਉਹ ਵੀ ਬਹੁਤ ਸੋਹਣੀ ਲੱਗੀ ਹੋਈ ਆ। ਅਤੇ ਇਹਦੀ ਸ਼ਰਟ ਹੈ ਜਿਹੜੀ, ਸ਼ਰਟ ਦਾ ਵਰਕ ਵੀ ਡਿਫਰੈਂਟ ਆ, ਬਹੁਤ ਹੀ ਪਿਆਰਾ ਬਣਿਆ ਹੋਇਆ। ਅਤੇ ਟੂ ਲਾਈਨਸ ਇਹਦੇ ਵਿੱਚ ਕਲੀਆਂ ਜਾਂਦੀਆਂ ਨੇ, ਅਤੇ ਸਾਰੇ ਇਹਦੇ ਵਿੱਚ ਦਬਕੇ ਦਾ ਕੰਮ ਵੀ ਹੈ। ਥਰੈਡ ਵੀ ਯੂਜ਼ ਕੀਤਾ ਗ੍ਰੀਨ ਐਂਡ ਮਜੈਂਟਾ ਦਾ, ਨਾਲ ਇਹਦੇ ਆਪਣੇ ਕੰਟਰਾਸਟ ਕੀਤਾ ਗਾ ਜੀ। ਅਤੇ ਪਰਲ ਸਾਰੇ ਪਰਲ ਮੋਤੀਆਂ ਦਾ ਨਾਲ ਕੰਮ ਹੈ। ਬਹੁਤ ਹੀ ਸੋਹਣਾ ਲੁੱਕ ਦਾ ਸੂਟ ਆ। ਅਤੇ ਦੁਪੱਟਾ ਵੀ ਜਿਹੜਾ ਕਿ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ। ਦੁਪੱਟੇ ਦੀ ਲੁੱਕ ਵੀ ਤੁਸੀਂ ਸਾਰੇ ਦੀ ਵੇਖ ਹੀ ਰਹੇ ਹੋ, ਦੇਖੋ ਇਹ ਦੁਪੱਟਾ। ਦੁਪੱਟਾ ਵੀ ਬਹੁਤ ਸੋਹਣਾ ਲੱਗਦਾ, ਬਹੁਤ ਹੈਵੀ ਲੁੱਕ ਦੇ ਵਿੱਚ ਜਿਹੜਾ ਕਿ ਦੁਪੱਟਾ ਹੈਗਾ। ਸੂਟ ਵੀ ਬਹੁਤ ਪਿਆਰਾ ਬਣਿਆ ਹੋਇਆ। ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ, ਕਿਸੇ ਵੀ ਸ਼ੇਡ ਦੇ ਉੱਪਰ, ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ। ਅਤੇ ਨਾਲ ਪਲਾਜੋ ਜਾਂ ਸਲਵਾਰ ਜਾਂ ਪੈਂਟ ਪਲਾਜੋ ਜੋ ਵੀ ਤੁਸੀਂ ਬਣਾਉਣਾ ਉਹ ਵੀ ਬਣਾ ਸਕਦੇ ਹੋ। ਅਤੇ ਨਾਲ ਇਹਦੇ ਘੱਗਰਾ ਬਣਾਉਣਾ, ਲਹਿੰਗਾ ਬਣਾਉਣਾ, ਲਹਿੰਗਾ ਵੀ ਬਣ ਜੂਗਾ, ਸਲਵਾਰ ਵੀ ਬਣ ਜੂਗੀ, ਪਲਾਜੋ ਜੋ ਮਰਜ਼ੀ ਤੁਹਾਨੂੰ ਜੋ ਚੀਜ਼ ਚਾਹੀਦੀ ਅਸੀਂ ਉਹੀ ਰੈਡੀ ਕਰ ਦਾਂਗੇ। ਅਤੇ ਇਹ ਸ਼ਰਟ ਦੇ ਨਾਲ ਇਹ ਪਲਾਜੋ ਐਂਡ ਦੁਪੱਟਾ ਜਿਹੜਾ ਕਿ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈਗਾ ਸੂਟ ਅਤੇ ਦੁਪੱਟਾ। ਅਤੇ ਇਹਦੀ ਜਿਹੜੀ ਲੁੱਕ ਆ ਬਹੁਤ ਪਿਆਰੀ ਬਣੀ ਹੋਈ ਹੈ ਦੁਪੱਟੇ ਦੀ ਐਂਡ ਸੂਟ ਦੀ। ਅਤੇ ਤੁਸੀਂ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਕਰ ਦਿਓ ਤਾਂ ਕਿ ਸਾਰੀਆਂ ਮੇਰੀਆਂ ਭੈਣਾਂ ਨੂੰ ਪਤਾ ਚੱਲ ਜਾਵੇ ਵੀ ਫਤਿਹ ਬੁਟੀਕ ਬੜੋਖਾ ਤੋਂ ਇੰਨੀਆਂ ਸੋਹਣੀਆਂ ਸੋਹਣੀਆਂ ਜਿਹੜੀਆਂ ਕਿ ਡਰੈਸਿਸ ਨੇ ਉਹ ਬਣਦੀਆਂ ਨੇ ਤੁਹਾਡੀ ਚੁਆਇਸ ਦੇ ਅਕੋਰਡਿੰਗ। ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ। ਥੈਂਕ ਯੂ ਜੀ ਮੇਰੀ ਵੀਡੀਓ ਨੂੰ ਵੇਖਣ ਲਈ ਅਤੇ ਸ਼ੇਅਰ ਕਰਨ ਲਈ ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ, ਥੈਂਕ ਯੂ।